ਮੁੱਲੀ ਪੈਸਿਆਂ ਦਾ ਵਿਵਾਦ ਸੀ ਜਿਹੜਾ ਮਤਲਬ ਉਸ ਦਿਨ ਕਿਸੇ ਦੇ ਘਰ ਪੈਸੇ ਲੈਣ ਗਏ, ਉਹਨਾਂ ਵੱਲੋਂ ਸੱਦਾ ਦਿੱਤਾ ਗਿਆ ਕਿ ਪੈਸੇ ਦਿੱਤੇ ਜਾਣੇ ਆ, ਅਤੇ ਉੱਥੇ ਕੋਈ ਫੈਸਲੇ ਦੀ ਤਹਿ ਨਹੀਂ ਬੈਠੀ, ਅਤੇ ਪੰਚਾਇਤ ਦੇ ਵਿੱਚ ਬੈਠਿਆਂ ਨੂੰ ਮੇਰੇ ਫਾਦਰ ਸਾਹਿਬ ਨੂੰ 3 ਗੋਲੀਆਂ ਮਾਰੀਆਂ ਨਛੱਤਰ ਸਿੰਘ ਨੇ ਤਾਏ ਦੇ ਕਹਿਣ 'ਤੇ, ਅਤੇ ਇੱਕ ਮੇਰੇ ਵੱਡੇ ਭਾਈ ਦੇ ਲੱਗੀ ਆ, ਅਤੇ ਸਾਨੂੰ ਅਜੇ ਤੱਕ ਕੋਈ 20 ਦਿਨ ਹੋ ਗਏ, ਕੋਈ ਇਨਸਾਫ ਨਹੀਂ ਮਿਲਿਆ, ਅਤੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਕਿ ਸਾਨੂੰ ਜਲਦ ਤੋਂ ਜਲਦ ਇਨਸਾਫ ਦਿਵਾਇਆ ਜਾਵੇ, ਕਿਉਂਕਿ ਦੋਸ਼ੀ ਜਿਹੜੇ ਕਿ ਹਾਲੇ ਤੱਕ ਬਾਹਰ ਹੀ ਘੁੰਮ ਰਹੇ ਆ, ਇੱਕ ਨਛੱਤਰ ਸਿੰਘ ਹੈ ਜੋ ਆਪਦੀ ਮਰਜ਼ੀ ਨਾਲ ਖੁਦ ਪੇਸ਼ ਹੋਇਆ, ਉਹਦੇ ਵਿੱਚ ਮਤਲਬ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ, ਉਹ ਆਪ ਖੁਦ ਪੇਸ਼ ਹੋਇਆ, ਅਤੇ ਬਾਕੀ 2 ਦੋਸ਼ੀ ਪਿੰਡ ਘੁੰਮਦੇ ਭਾਅ ਜੀ, ਧਮਕੀਆਂ ਮਿਲਦੇ, ਤਾਏ ਵੱਲੋਂ ਧਮਕੀ ਦਿੱਤੀ ਗਈ ਆ ਕਿ ਤੁਸੀਂ ਚੁੱਪ ਕਰਕੇ ਘਰ ਬੈਠ ਜਾਓ, ਨਹੀਂ ਤਾਂ ਮਤਲਬ ਤੁਹਾਡੇ ਨਾਲ ਬਣਦੀ ਕਾਰਵਾਈ, ਤੁਹਾਡੇ ਨਾਲ ਵੀ ਉਹੀ ਹਸ਼ਰ ਹੋਏਗਾ, ਤਾਂ ਤਾਂ ਇਨਸਾਫ ਦੀ ਮੰਗ ਕਰਦੇ ਸਾਨੂੰ ਜਲਦ ਤੋਂ ਜਲਦ ਇਨਸਾਫ ਦਿਵਾਇਆ ਜਾਵੇ। ਪੁਲਿਸ ਦਾ ਕੀ ਕਹਿਣਾ? ਪੁਲਿਸ ਨੂੰ ਮਿਲਦੇ ਤੁਸੀਂ ਜਾਂ ਕੋਈ ਉੱਚ ਅਧਿਕਾਰੀ ਨੂੰ ਮਿਲੇ ਇਸ ਸੰਬੰਧੀ? ਪੁਲਿਸ ਨੂੰ ਦੇਖੋ ਜੀ ਫੋਨ ਵੀ ਕਰੀਦੇ ਆ, ਜਿਸ ਦਿਨ ਉਹਨਾਂ 'ਚ ਬਾਸਬਤੀ ਵੱਢੀ ਉਸ ਦਿਨ ਪੁਲਿਸ ਨੂੰ ਫੋਨ ਕੀਤਾ, SHO ਸਾਹਿਬ ਨੂੰ ਵੀ ਫੋਨ ਕੀਤਾ, ਪਰ ਉਹਨਾਂ ਨੇ ਕੋਈ ਬਣਦੀ ਕਾਰਵਾਈ ਕੀਤੀ ਨਹੀਂ। ਜਿਸ ਦਿਨ ਕਣਕ ਬੀਜਣੀ ਉਸ ਦਿਨ ਵੀ 15-20 ਬੰਦੇ ਹਥਿਆਰ ਲੈ ਕੇ ਉੱਥੇ ਮਤਲਬ, ਅਤੇ ਉਸ ਦਿਨ ਵੀ ਫੋਨ ਕੀਤਾ ਗਿਆ, ਅਤੇ ਉਹਨਾਂ ਬੋਲਿਆ ਵੀ ਆਪਾਂ ਰੋਕ ਨਹੀਂ ਸਕਦੇ, ਉੱਚ ਅਧਿਕਾਰੀਆਂ ਨਾਲ ਗੱਲ ਕਰਨੀ ਪਏਗੀ, ਇਹਦੇ 'ਚ ਮੈਂ ਕੁਛ ਨਹੀਂ ਕਰ ਸਕਦਾ। ਹਾਂਜੀ ਯਾਨੀ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ? ਨਹੀਂ, ਕਾਰਵਾਈ ਢਿੱਲੀ ਕਰ ਰਹੀ ਆ, ਜਿਹੜਾ ਦੇਖੋ ਹੁਣ 20 ਦਿਨ ਹੋ ਗਏ, ਹਾਲੇ ਤੱਕ ਕੋਈ ਮਤਲਬ ਕਾਰਵਾਈ ਹੈ ਹੀ ਨਹੀਂ, ਕੋਈ ਇੱਕ ਵੀ ਰੇਡ ਨਹੀਂ ਕੀਤੀ ਪੁਲਿਸ, ਉਹਦੇ ਬਾਅਦ ਸਾਨੂੰ ਸਾਡੇ ਘਰ ਆ ਕੇ ਕਦੀ ਕਿਸੇ ਨੇ ਪੁੱਛਿਆ ਵੀ ਹਾਂਜੀ ਮਤਲਬ ਉਹਨਾਂ ਦੀ ਰਿਸ਼ਤੇਦਾਰੀਆਂ ਦੇ ਵਿੱਚ ਵੀ ਕਿਸੇ ਨੇ ਕੋਈ ਰੇਡ ਨਹੀਂ ਮਾਰੀ। ਕੀ ਮੰਗ ਕਰਦੇ ਹਾਂ ਸਰਕਾਰ ਕੋਲੋਂ? ਅਸੀਂ ਇਨਸਾਫ ਦੀ ਮੰਗ ਕਰਦੇ ਹਾਂ, ਸਾਨੂੰ ਜਲਦ ਤੋਂ ਜਲਦ ਇਨਸਾਫ ਦਿਵਾਇਆ ਜਾਵੇ, ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਅੱਗੇ ਖਤਰਾ ਨਾ ਕੋਲ ਹੁਣ ਖਤਰਾ ਭਾਅ ਜੀ ਦੇਖੋ ਹੁਣ ਖਤਰਾ ਤਾਂ ਸਾਨੂੰ ਹੈ ਹੀ ਆ, ਜਾਨ ਦਾ ਵੀ ਮਾਲ ਦਾ ਵੀ ਹੁਣ ਖਤਰਾ ਹੈ, ਉਹ ਖੁਦ ਵੀ ਕਰ ਸਕਦੇ ਅਤੇ ਕਿਸੇ ਤੋਂ ਕਰਵਾ ਵੀ ਸਕਦੇ ਨੇ। ਹਾਂਜੀ ਵੀਰੇ, ਕੀ ਆਪਣਾ ਨਾਂ ਅਤੇ ਕੀ ਗੱਲ ਹੋਈ ਤੁਹਾਡੇ ਨਾਲ? ਮੇਰਾ ਨਾਂ ਦਲੇਰ ਸਿੰਘ ਜੀ। ਮੇਰੇ ਅਸੀਂ ਜ਼ਮੀਨੀ ਥੋੜ੍ਹਾ ਜਿਹਾ ਸਾਡਾ ਝਗੜਾ ਸੀ, ਅਤੇ ਕਿਹਨਾਂ ਨਾਲ ਪੰਚਾਇਤ ਸੀਗਾ? ਮੇਰੇ ਤਾਏ ਦੇ ਨਾਲ, ਅਤੇ ਉਹਨਾਂ ਦਾ ਬੇਟਾ ਨਛੱਤਰ ਸਿੰਘ ਅਤੇ ਸਿਕੰਦਰ ਸਿੰਘ, ਅਤੇ ਅਸੀਂ ਪੰਚਾਇਤ ਦੇ ਵਿੱਚ ਬੈਠੇ ਸੀ, ਸਾਡਾ ਫੈਸਲਾ ਨਹੀਂ ਹੋਇਆ, ਅਤੇ ਜਦੋਂ ਉੱਠ ਕੇ ਘਰ ਨੂੰ ਜਾਣ ਲੱਗੇ ਤਾਂ ਸਾਡੇ ਤਾਏ ਨੇ ਲਲਕਾਰਾ ਮਾਰਿਆ ਵਾ ਵੀ ਨਛੱਤਰਾ ਇਹਨਾਂ ਨੂੰ ਤੂੰ ਮਾਰ ਗੋਲੀ ਇਹਨਾਂ ਦੇ, ਉਹਨਾਂ ਨੇ ਜੀ ਸਾਡੇ ਫਾਇਰ ਕਰਨੇ ਸ਼ੁਰੂ ਕਰਤੇ ਆ, ਇੱਕ ਮੇਰੇ ਪੇਟ 'ਚ ਲੱਗੀ ਆ ਜੀ, ਅਤੇ ਮੇਰੇ ਪਿਤਾ ਜੀ ਦੀ ਮੌਕੇ 'ਤੇ ਡੈਥ ਹੋ ਗਈ ਆ ਜੀ, ਅਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਸੀ ਪਰਿਵਾਰ ਦੀ ਛੋਟੀ ਜਿਹੀ ਗੱਲ ਤੋਂ ਕੋਈ ਵੱਡੀ ਜਿਹੜੀ ਪੁਰਾਣੀ ਕੋਈ ਦੁਸ਼ਮਣੀ ਨਹੀਂ ਹੈਗੀ ਸੀ, ਅਤੇ ਹੋਈ ਬੜੀ ਮੰਦਭਾਗੀ ਆ, ਪਰਿਵਾਰ ਨਾਲ ਗੱਲ ਕੀਤੀ ਆ, ਅਤੇ ਪਰਿਵਾਰ ਦਾ ਇਹ ਗਿਲਾ ਵੀ ਹੈਗਾ ਵਾ ਕਿ ਜਿਹੜੀ ਅੱਜ ਤੱਕ ਕਾਨੂੰਨ ਨੇ ਕੋਈ ਕਾਰਵਾਈ ਨਹੀਂ ਕੀਤੀ। ਦੇਖੋ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਮੈਂ ਵੀ ਤੁਹਾਡੇ ਮੀਡੀਅਮ ਦੇ ਰਾਹੀਂ ਮੀਡੀਆ ਦਾ ਰਾਹੀਂ ਇਹ ਮੰਗ ਕਰਦਾ ਵਾਂ ਕਿ ਜਿਹੜੀ ਪ੍ਰਸ਼ਾਸਨ ਨੂੰ ਆ ਕਾਰਵਾਈ ਕਰਨੀ ਚਾਹੀਦੀ ਹੈ, ਜਿਹਨੇ ਜ਼ੁਲਮ ਕੀਤਾ ਵਾ ਉਹਨੂੰ ਜ਼ੁਲਮ ਦੀ ਜਿਹੜੀ ਆ ਸਜ਼ਾ ਮਿਲਣੀ ਚਾਹੀਦੀ ਹੈ। ਉਹਨੂੰ ਨਾ ਇੱਕ ਜਿਹੜਾ ਡੱਲ ਪਿੰਡ ਦਾ ਚਾਚੇ ਨੇ ਭਤੀਜੇ ਨੇ ਚਾਚੇ ਦਾ ਕਤਲ ਕੀਤਾ ਸੀਗਾ, ਉਹ ਮਾਮਲਾ ਦਰਜ ਕੀਤਾ, ਅਤੇ ਇਹਨਾਂ ਦੋਸ਼ੀਆਂ ਦੇ ਵਿੱਚ ਨਾਮਜ਼ਦ ਕੀਤੇ ਗਏ ਸੀਗੇ, ਅਤੇ ਕੀ ਕਾਰਵਾਈ ਉਹਦੇ ਵਿੱਚ ਕੀਤੀ ਜਾ ਰਹੀ ਹੈ? ਉਹਨਾਂ ਦਾ ਕਹਿਣਾ ਕਿ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਪੁਲਿਸ, ਦੋਸ਼ੀ ਜਿਹੜੇ ਆ ਸ਼ਰੇਆਮ ਹਥਿਆਰ ਲੈ ਕੇ ਫਿਰ ਰਹੇ ਆ, ਅਤੇ ਅਸੀਂ ਪੁਲਿਸ ਨੂੰ ਇਤਲਾਹ ਵੀ ਦਿੰਦੇ ਪਰ ਪੁਲਿਸ ਕਾਰਵਾਈ ਨਹੀਂ ਕਰ ਰਹੀ। ਉਹਦੇ ਵਿੱਚ ਨਛੱਤਰ ਸਿੰਘ ਦੋਸ਼ੀ ਜਿਹੜਾ ਮੇਨ ਦੋਸ਼ੀ ਆ ਜਿਹਨੇ ਫਾਇਰ ਕੀਤੇ ਸੀ, ਉਹਨੂੰ ਅਰੈਸਟ ਕਰਕੇ ਰਿਮਾਂਡ ਲੈ ਕੇ ਉਹਦਾ ਗੂਹੇ ਤਨ ਵਰਤਿਆ ਪਿਸਟਲ ਜਿਹੜਾ ਉਹ ਪ੍ਰਾਪਤ ਕਰ ਲਿਆ, ਅਤੇ ਬਾਕੀ ਦੀ ਤੋਂ ਬਾਕੀ ਤਪਤੀ ਜਾ ਰਹੀ ਹੈ, ਅਤੇ ਬਾਕੀ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਚਲਾਉਣ ਵਿੱਚ ਦੱਸ ਦਿੱਤਾ ਜੀ। ਕਿੰਨੇ ਦੋਸ਼ੀ ਨਾਮਜ਼ਦ ਕੀਤੇ? ਉਹ ਚਲੋ 3 ਦੋਸ਼ੀਆਂ ਦੇ ਨਾਲ ਗਏ ਆ, ਪਰ ਉਹ ਉਹਨਾਂ ਦਾ ਕਹਿਣਾ ਵੀ ਦੋਸ਼ੀ ਹਥਿਆਰ ਲੈ ਕੇ ਪਿੰਡ ਵਿੱਚ ਫਿਰ ਰਹੇ ਆ, ਜ਼ਮੀਨ ਵੀ ਵਾ ਰਹੇ, ਫਸਲ ਵੀ ਵੱਢ ਰਹੇ, ਪਰ ਪੁਲਿਸ ਕਾਰਵਾਈ ਨਹੀਂ ਕਰਦੀ। ਇਹੋ ਜੀ ਕੋਈ ਗੱਲ ਨਹੀਂ, ਤਾਂ ਉਹਨਾਂ ਦਾ ਕਹਿਣਾ ਕਿ ਸਾਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ, ਸਾਡੇ 'ਤੇ ਦਬਾਅ ਬਣਾਇਆ ਜਾ ਰਿਹਾ ਕਿ ਪਰਸੋਂ ਪਰਚਾ ਜਿਹੜਾ ਵਾਪਸ ਲਓ। ਨਹੀਂ ਇਹੋ ਜੀ ਗੱਲ ਸਾਡੇ ਨੋਟ 'ਚ ਨਹੀਂ ਆਈ। ਅਤੇ ਜੇਕਰ ਉਹ ਇਤਲਾਹ ਦਿੰਦੇ ਤਾਂ ਫਿਰ ਰੇਡ ਕਿਉਂ ਨਹੀਂ ਕੀਤੀ ਜਾਂਦੀ ਪੁਲਿਸ ਵੱਲੋਂ? ਰੇਡ ਰੋਜ਼ ਕੀਤੀ ਜਾਂਦੀ, ਅੱਜ ਤਾਂ ਰੋਜ਼ ਇਲਾਕੇ 'ਚ ਰਹਿੰਦੇ ਡਰੇਨ ਡਰੇਨ ਦੇ ਲਾਗੇ ਉਹਨਾਂ ਦਾ ਕਰ ਰਿਹਾ, ਗਾਇਬ ਗਾਇਬ ਰੇਡ ਕੀਤੀ ਜਾਂਦੀ। ਉਹਨਾਂ ਦਾ ਕਹਿਣਾ ਕਿ ਪੁਲਿਸ ਨੇ ਅੱਜ ਤੱਕ ਸਾਨੂੰ ਪੁੱਛਿਆ ਹੀ ਨਹੀਂ ਗਾ ਆਣ ਕੇ ਕਦੀ ਵੀ ਕੋਈ ਉਹਨਾਂ ਦੇ ਰਿਸ਼ਤੇਦਾਰ ਜਾਂ ਕਿੱਥੇ ਦੋਸ਼ੀ, ਅੱਜ ਤੱਕ ਪੁਲਿਸ ਸਾਡੇ ਘਰ ਵੀ ਨਹੀਂ ਆਈ, ਕੋਈ ਇਹੋ ਜਿਹਾ ਗੱਲ? ਦੋਸ਼ੀ ਨਛੱਤਰ ਸਿੰਘ ਜਿਹੜਾ ਅਰੈਸਟ ਕੀਤਾ, ਉਹ ਸਾਰੀਆਂ ਰਿਸ਼ਤੇਦਾਰੀਆਂ ਲੈ ਲਿਆ, ਉਹ ਬੇਸ 'ਤੇ ਰੇਡ ਕੀਤੇ ਜਾ ਰਹੇ। ਤਾਂ ਹੁਣ ਕਦੋਂ ਤੱਕ ਸੰਭਾਵਨਾ ਵੀ ਹਾਂਜੀ ਬਾਕੀ ਦੋਸ਼ੀਆਂ ਨੂੰ ਕੱਪ ਕਰਨ ਵਾਸਤੇ? ਬਾਕੀ ਦੋਸ਼ੀ ਬਸ ਜਲਦੀ ਉਹਦੇ ਅਰੈਸਟ ਕੀਤੇ ਜਾ ਰਹੇ।